ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਆਪਣੀ ਅੱਜ ਦੀ ਜਿਹੜੀ ਵੀਡੀਓ ਦਾ ਵਿਸ਼ਾ ਉਹ ਹੈਗਾ ਪੰਜਾਬ ਪੁਲਿਸ ਕੌਂਸਟੇਬਲ ਅਤੇ ਹੋਰਨਾਂ ਭਰਤੀਆਂ ਨੂੰ ਲੈ ਕੇ ਜਿਹੜੇ ਧਰਨੇ ਪੰਜਾਬ ਵਿੱਚ ਲਗਾਏ ਜਾ ਰਹੇ ਨੇ। ਦੋਸਤੋ, ਤਾਂ ਦੋਸਤੋ ਉਸ ਦੇ ਵਿੱਚ ਮੁੱਦਾ ਕੀ ਹੈ, ਜਿਹੜੀਆਂ ਆਪਣੀਆਂ ਸਹੀ ਮੰਗਾਂ ਰੱਖੀਆਂ ਗਈਆਂ ਸੀਗੀਆਂ ਧਰਨਿਆਂ ਦੇ ਨਾਲ, ਆਪਾਂ ਨੂੰ ਨੰਬਰ ਵੀ ਪਤਾ ਲੱਗ ਗਿਆ ਆਪਣੇ ਆਪਣੇ ਵੀ ਆਪਣੇ ਕਿੰਨੇ ਨੰਬਰ ਆਏ ਨੇ ਨੋਰਮਲਾਈਜੇਸ਼ਨ ਤੋਂ ਬਾਅਦ ਦੋਸਤੋ। ਪਰ ਜਿਹੜੇ ਧਰਨੇ ਨੇ ਹਲੇ ਵੀ ਕੰਟੀਨਿਊ ਨੇ, ਜਾਰੀ ਨੇਗੇ, ਉਹ ਹੈਗੇ ਨੇ ਜਿਹੜੇ ਬਾਕੀਆਂ ਭਰਤੀਆਂ ਦੇ ਵਿੱਚ ਹੋਰ ਆਪਣੇ ਜਿਹੜੇ ਨਹੀਂ ਕੱਢੀਆਂ ਗਈਆਂ, ਪੇਪਰ ਨਹੀਂ ਹੋਏ ਕਈਆਂ ਦੇ, ਜਾਂ ਫਿਰ ਕਈਆਂ ਦੇ ਰਿਜ਼ਲਟ ਨਹੀਂ ਆਏ ਹੈਗੇ। ਦੋਸਤੋ, ਉਹ ਧਰਨੇ ਬਿਲਕੁਲ ਜਾਇਜ਼ ਨੇ, ਜਿਹੜੇ ਸ਼ਾਂਤਮਈ ਢੰਗ ਨਾਲ ਲੱਗ ਰਹੇ ਨੇਗੇ। ਪਰ ਦੋਸਤੋ, ਕੁਝ ਸ਼ਰਾਰਤੀ ਅਨਸਰ, ਕੁਝ ਬੰਦੇ ਇਹੋ ਜਿਹੇ ਵੀ ਨੇਗੇ ਜਿਹੜੇ ਬੱਚੇ ਸਿਲੈਕਟ ਹੋਏ ਨੇ ਉਹਨਾਂ ਦੀਆਂ ਭਰਤੀਆਂ ਨੂੰ ਕੈਂਸਲ ਕਰਾਉਣ ਨੂੰ, ਮਤਲਬ ਉਹ ਕਰ ਰਹੇ ਨੇ ਵੀ ਕੈਂਸਲ ਹੋ ਜਾਣ ਉਹਨਾਂ ਦੀਆਂ ਭਰਤੀਆਂ। ਦੋਸਤੋ, ਜਿਹੜੇ ਧਰਨੇ ਸ਼ਾਂਤਮਈ ਢੰਗ ਨਾਲ ਹੋਰਨਾਂ ਭਰਤੀਆਂ ਦੀਆਂ ਅਸਾਮੀਆਂ ਵਾਸਤੇ ਜਾਂ ਫਿਰ ਪੇਪਰ ਵਾਸਤੇ ਜਾਂ ਰਿਜ਼ਲਟ ਵਾਸਤੇ ਲਗਾਏ ਜਾ ਰਹੇ ਨੇਗੇ, ਉਹ ਬਿਲਕੁਲ ਜਾਇਜ਼ ਨੇ, ਉਹ ਮੰਗਾਂ ਆਪਣੀਆਂ ਬਿਲਕੁਲ ਜਾਇਜ਼ ਨੇਗੀਆਂ। ਪਰ ਜਿਹੜੇ ਕੈਂਡੀਡੇਟ ਨੇ ਜਾਂ ਜੋ ਵੀ ਗਰੁੱਪ ਨੇਗੇ ਜਿਹੜੇ ਇਹ ਕਹਿ ਰਹੇ ਨੇਗੇ, ਹੁਣ ਮੈਂ ਤੁਹਾਨੂੰ ਇੱਕ ਵੀਡੀਓ ਸ਼ੇਅਰ ਕਰਦਾ ਤੁਹਾਡੇ ਨਾਲ। ਦੋਸਤੋ, ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ 3 ਤਰੀਕ ਨੂੰ ਜਿਹੜਾ ਆਪਾਂ ਜਲੰਧਰ ਜਿਹੜਾ ਜਿੱਥੇ ਆਪਣਾ ਟਰਾਇਲ ਹੋਣੇ ਨੇਗੇ ਬੱਚਿਆਂ ਦੇ, ਉੱਥੇ ਘਿਰਾਓ ਕਰਨਾ ਗਾ, ਮਤਲਬ ਰੰਗ ਵਿੱਚ ਭੰਗ ਪਾਉਣ ਵਾਲਾ ਕੰਮ ਆ। ਦੋਸਤੋ, ਜਿਹੜੇ ਬੱਚੇ ਸਿਲੈਕਟ ਹੋ ਗਏ ਦੋਸਤੋ, ਉਹਨਾਂ ਦਾ ਵੀ ਕੰਮ ਖਰਾਬ ਕਰਨ ਨੂੰ ਫਿਰ ਰਹੇ ਨੇ, ਮਤਲਬ ਇੱਕ ਹਿਸਾਬ ਨਾਲ ਵੀ ਭਰਤੀ ਰੱਦ ਹੋ ਜਾਵੇ। ਤਾਂ ਦੋਸਤੋ, ਉਹਨਾਂ ਤੱਕ ਇਹ ਵੀਡੀਓ ਪਹੁੰਚਾਓ ਵੀ ਇਹ ਸਭ ਠੀਕ ਨਹੀਂ ਹੈਗਾ। ਜਿਹੜੇ ਬੱਚੇ ਸਿਲੈਕਟ ਹੋਏ ਨੇਗੇ ਉਹ ਆਪਦੀ ਮਿਹਨਤ ਨਾਲ ਰਾਤਾਂ ਨੂੰ ਜਾਗ ਜਾਗ ਕੇ ਸਿਲੈਕਟ ਹੋਏ ਨੇ, ਉਹਨਾਂ ਦੇ ਰਾਹ ਦੇ ਵਿੱਚ ਰੋੜਾ ਨਾ ਬਣੀਏ ਆਪਾਂ। ਦੋਸਤੋ ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਨੂੰ ਸ਼ੇਅਰ ਕਰੋ, ਲਾਈਕ ਕਰੋ। ਮੈਂ ਤੁਹਾਨੂੰ ਉਹ ਵੀਡੀਓ ਸਾਂਝੀ ਕਰਨਾ ਤੁਹਾਡੇ ਨਾਲ ਵੀ ਕਿਵੇਂ ਲੋਕ ਭਰਤੀ ਨੂੰ ਰੱਦ ਕਰਾਉਣ ਨੂੰ ਫਿਰ ਰਹੇ ਨੇਗੇ ਵੀ ਭਰਤੀ ਕੈਂਸਲ ਹੋ ਜੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਸੰਘਰਸ਼ ਅੱਗੇ ਵੱਧ ਰਿਹਾ, ਕੱਲ ਦੀਆਂ ਤਿਆਰੀਆਂ ਹੋ ਰਹੀਆਂ 2 ਦਸੰਬਰ ਦੀਆਂ ਕਿ ਕੱਲ ਨੂੰ ਇਕੱਠੇ ਹੋ ਕੇ ਆਪਾਂ PAP ਗਰਾਊਂਡ ਵੱਲ ਜਿਹੜਾ ਆਪਣਾ ਜਲੰਧਰ ਹੈ ਉਧਰ ਨੂੰ ਮਾਰਚ ਕਰਨਾ, ਤੇ 3 ਤਰੀਕ ਨੂੰ ਜਿਹੜਾ ਐਲਾਨ ਕੀਤਾ ਗਿਆ ਸਾਰੇ ਪੂਰੇ ਪੰਜਾਬ ਦੇ ਵਿੱਚ ਕਿ 3 ਤਰੀਕ ਨੂੰ PAP ਦਾ ਗਰਾਊਂਡ ਘੇਰਨਾ, ਜਿਹੜੇ ਕਿ 3 ਤਰੀਕ ਤੋਂ ਟ੍ਰਾਇਲ ਸ਼ੁਰੂ ਹੋ ਰਹੇ ਆ। ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ, ਜਿਨ੍ਹਾਂ ਦਾ ਨੰਬਰ ਆਇਆ ਚਾਹੇ ਨਹੀਂ ਆਇਆ, ਸਬ ਇੰਸਪੈਕਟਰ ਵਾਲੇ ਸੀ, ਇੰਟੈਲੀਜੈਂਸੀ ਵਾਲੀ ਸੀ, ਹੈੱਡ ਕਾਂਸਟੇਬਲ ਵਾਲੇ ਸੀ, ਕਿਉਂਕਿ ਭਰਤੀ ਉਹਨਾਂ ਦੀ ਵੀ ਵਿੱਚ ਵਿਚਾਲੇ ਪੈਂਡਿੰਗ ਪਈ ਹੈ। ਸਾਰੇ ਮੇਰੇ ਵੀਰਾਂ ਨੂੰ, ਭੈਣਾਂ ਨੂੰ ਮੇਰੀ ਅਪੀਲ ਹੈ ਕਿ 3 ਤਰੀਕ ਨੂੰ ਆਪਣਾ ਜਲੰਧਰ ਵਿਖੇ PAP ਗਰਾਊਂਡ ਦੇ ਘਰਾਓ ਦੇ ਵਿੱਚ ਸ਼ਾਮਲ ਹੋ, ਕਿਉਂਕਿ ਹਾਂਜੀ ਦੋਸਤੋ ਵੀਡੀਓ ਤੁਸੀਂ ਨੇ ਵੇਖ ਲਈ ਹੋਵੇਗੀ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਦੋਸਤੋ ਵੀ ਜਿਹੜੇ ਕੁਝ ਲੋਕ ਨੇ ਸ਼ਰਾਰਤੀ ਅਨਸਰ ਨੇ ਜਿਹੜੇ ਇਹ ਭਰਤੀ ਨੂੰ ਰੱਦ ਕਰਾਉਣ ਨੂੰ ਉੱਥੇ ਜਾ ਕੇ ਜਿਹੜਾ ਜੇ ਹੁਣ ਆਪਾਂ ਇਕੱਠ ਕਰਾਂਗੇ PAP ਗਰਾਊਂਡ ਆ ਜਿਹੜਾ ਆਪਣਾ, ਤਾਂ ਉੱਥੇ ਖਾਮ ਖਾ ਗਹਿਮਾ ਗਹਿਮੀ ਵਾਜੂ ਦੋਸਤੋ, ਹੋ ਸਕਦਾ ਵੀ ਜਿਹੜੇ ਟ੍ਰਾਇਲ ਨੇ ਉਹ ਰੱਦ ਹੋ ਜਾਣ। ਅਤੇ ਇਹ ਸਰਕਾਰਾਂ ਤਾਂ ਪਹਿਲੀ ਨਹੀਂ ਆਪਣਾ ਕੁਛ ਕਰਕੇ ਦਿੰਦੀਆਂ, ਜੇ 13 ਚੀਜ਼ ਕੋਈ ਕੈਂਸਲ ਹੋ ਜਾਵੇ ਦੁਬਾਰਾ ਪਤਾ ਨਹੀਂ ਡੇਟ ਕਿੱਥੇ ਦੀ ਕਿੱਥੇ ਪਊਗੀ। ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਇਹ ਮੈਸੇਜ ਪਹੁੰਚਾਇਆ ਜਾ ਸਕੇ। ਦੋਸਤੋ ਪੰਜਾਬ ਪੁਲਿਸ ਕੌਂਸਟੇਬਲ ਅਤੇ ਹੋਰਨਾਂ ਭਰਤੀਆਂ ਦੇ ਜਿਹੜੇ ਵੀ ਕੈਂਡੀਡੇਟ ਨੇਗੇ ਸਾਡੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਦੋਸਤੋ, ਹਾਲਾਂਕਿ ਕਈਆਂ ਦਾ ਨੰਬਰ ਨਹੀਂ ਆਇਆ, ਕਈਆਂ ਦਾ ਆ ਗਿਆ, ਪਰ ਜੋ ਵੀ ਹੱਕ ਸੱਚ ਦੀ ਆਵਾਜ਼ ਸੀ ਸਾਨੇ ਹਮੇਸ਼ਾ ਉਹੀ ਆਵਾਜ਼ ਉਠਾਈ ਆ। ਦੋਸਤੋ ਵਿਊ ਲੈਣ ਵਾਸਤੇ ਜਾਂ ਫਿਰ ਕਿਸੇ ਨਾਲ ਫਾਲਤੂ ਦੀ ਹਮਦਰਦੀ ਦਿਖਾਉਣ ਵਾਸਤੇ ਦੋਸਤੋ ਅਸੀਂ ਕੋਈ ਵੀ ਗਲਤ ਗੱਲ ਧਰਨੇ ਲਾਉਣ ਦੇ ਵਿੱਚ ਜੋ ਵੀ ਮੁੱਦੇ ਨੇ ਅਸੀਂ ਸਹੀ ਪ੍ਰਮੋਟ ਕੀਤੇ ਨੇ, ਕਦੇ ਵੀ ਗਲਤ ਮੁੱਦਾ ਅਸੀਂ ਕਦੇ ਪ੍ਰਮੋਟ ਨਹੀਂ ਕਰਿਆ ਹੈਗਾ ਦੋਸਤੋ, ਠੀਕ ਆ ਨਾ। ਜਿਹੜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਦੋਸਤੋ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਧੰਨਵਾਦ ਦੋਸਤੋ।